ਦੋ ਬੇਨਤੀਆਂ ਨੇ, ਇਹ ਧਿਆਨ ਨਾਲ ਸੁਣਨੀਆਂ ਨੇ। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਕੇਵਲ ਤੇ ਕੇਵਲ ਭਲਾ, 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ, ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਕਰੀਬ ਉਹ ਐਂਬੂਲੈਂਸ ਬਣਨੀ ਹੈ। ਅਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਅਤੇ ਚਾਹੀਦੀ ਵੀ ਜਲਦੀ ਹੈ। ਅਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ, ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਕਿਣਕਾ, ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ 'ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਅਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ, ਅਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ, ਚੱਲਦੀ ਫਿਰਦੀ ਰਸੋਈ, ਉਹ ਗੱਡੀ ਹੁਣ ਕਾਫੀ ਵਿਰਧ ਹੋ ਗਈ, ਪੁਰਾਣੀ ਹੋ ਗਈ ਹੈ ਅਤੇ ਕਾਫੀ ਉਹਦੇ 'ਤੇ ਖਰਚਾ ਆ ਜਾਂਦਾ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ, ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ, ਇਹ ਟੋਟਲ 21-22 ਲੱਖ ਦਾ ਖਰਚਾ ਦੋਵੇਂ ਗੱਡੀਆਂ ਦਾ। ਅਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ, ਤਿਆਰ ਹੋ ਕੇ ਵੱਖ ਵੱਖ ਥਾਵਾਂ 'ਤੇ ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ, ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਆਪਣਾ ਦਸਵੰਧ, ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ੋਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ, ਕਿਊ ਆਰ ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ ਕਿਊ ਆਰ ਕੋਡ ਦੇ ਰਾਹੀਂ ਤੁਸੀਂ ਇਹ ਟਰੱਸਟ ਨੂੰ ਸੇਵਾ ਭੇਜ ਸਕਦੇ ਹੋ, ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ 'ਤੇ ਚੱਲਦਾ, ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, 1 ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਅਤੇ 1 ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ, ਅਤੇ ਉਹ ਵੀ ਸਿੱਧਾ ਭਲਾ। ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ ਪਿਆਰੇ, ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ, ਜਿਹੜੇ ਕਈ ਦਿਨਾਂ ਤੋਂ ਭੁੱਖੇ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ, ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜਿਹੀ ਬਿੱਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਘਰਾਂ ਦੇ ਵਿੱਚ ਸਦਾ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ, ਅਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ, ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ,
ਇਹ ਤੁਹਾਡੇ ਘਰਾਂ ਚ ਕਮੀਆਂ ਨਹੀਂ ਰਹਿਣੀਆਂ, ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪਣੀਆਂ ਜੋ ਸੇਵਾਵਾਂ ਪਾ ਕੇ ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ, ਅਤੇ ਇਸ ਚੀਜ਼ ਨੂੰ ਸਕਿੱਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ। ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ ਪਿਆਰਿਓ, ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਤੁਹਾਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ, ਫਿਜ਼ੀਓਥਰੈਪੀ, ਅੱਖਾਂ ਦੇ ਇਲਾਜ, ਹੋਰ ਵੀ ਸਾਰੇ ਇਲਾਜ ਇੱਕੋ ਛੱਤ ਥੱਲੇ ਹੁੰਦੇ ਨੇ ਬਿਲਕੁਲ ਲਾਗਤ ਮੁੱਲ ਨਾਲ। ਔਰ ਆ ਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੱਧ ਪ੍ਰੇਮੀਆਂ ਨੂੰ ਰੋਜ਼ ਪ੍ਰਸ਼ਾਦਾ ਮਿਲਦਾ। ਆਪ ਵੀ ਪੇਟ ਭਰ ਕੇ ਛਕਦੇ ਨੇ, ਪਰਿਵਾਰ ਵੀ ਉਹਨਾਂ ਦੇ ਛਕਦੇ, ਔਰ ਅਸੀਸਾਂ ਕਿਹਨੂੰ ਦਿੰਦੇ ਨੇ? ਤੁਹਾਨੂੰ, ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੋ ਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ। ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਫਰੀ ਟਿਫਨ ਸੇਵਾ ਦੇ ਮਾਧਿਅਮ ਰਾਹੀਂ। ਔਰ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ। ਮੇਰੀ ਸਭ ਨੂੰ ਬੇਨਤੀ ਹੈ, ਆਪ ਜੀ ਵੀ ਜੇ ਇਹਨਾਂ ਸੇਵਾਵਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਯੋਗਦਾਨ ਤੁਸੀਂ ਜੋ ਤੁਹਾਡੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀ ਹੈ, ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਆਪਣੀ ਸੇਵਾ ਪਾ ਕੇ ਜੋ TV 'ਤੇ ਨੰਬਰ ਚੱਲ ਰਹੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਵੀ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ QR ਕੋਡ ਦੇ ਰਾਹੀਂ ਵੀ ਭੇਜ ਸਕਦੇ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ, ਔਰ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ ਨਾਲ ਪੇਟੀਐਮ ਵੀ ਕਰ ਸਕਦੇ ਹੋ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ। ਹਰ ਪਲ, ਹਰ ਘੜੀ, ਹਰ ਸਮੇਂ ਤੁਹਾਡੀਆਂ ਅਸੀਸਾਂ ਨੂੰ ਅਸੀਂ ਲੋਚਦੇ ਹਾਂ। ਆਪਣੀਆਂ ਅਸੀਸਾਂ ਔਰ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਪਿਆਰ ਦੇ ਵਿੱਚ ਤੁਸੀਂ ਬਣਾ ਕੇ ਰੱਖਿਓ ਜੀ, ਔਰ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਗੁਰੂ ਰਾਮਦਾਸ ਸਾਹਿਬ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ, ਸੰਗਤ ਰੂਪੀ ਪਰਿਵਾਰ ਅੰਮ੍ਰਿਤ ਵੇਲੇ ਬਾਬਾ ਦੀਪ ਸਿੰਘ ਜੀ ਦੇ ਘਰ ਇਸ ਪਾਵਨ ਪਵਿੱਤਰ ਅਸਥਾਨ 'ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਲਾਈਵ ਦੇ ਮਾਧਿਅਮ ਰਾਹੀਂ ਵੀ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਜੁੜ ਰਹੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ, ਮੇਰਾ ਟੇਕਿਆ ਮੱਥਾ ਪ੍ਰਵਾਨ ਕਰੋ, ਆਖੋ ਧੰਨ ਗੁਰੂ ਰਾਮਦਾਸ ਜੀ।
ਕਿਰਪਾ ਕਰੋ। ਜਿਹੜੇ ਜਿਹੜੇ ਪ੍ਰੇਮੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਨੇ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਵੱਡੀ ਸੇਵਾ ਸੰਗਤਾਂ ਨੂੰ ਜੋੜਨ ਦੀ, ਵੱਡੀ ਸੇਵਾ ਨਿਭਾਓ ਟੁੱਟਿਆਂ ਨੂੰ ਜੋੜਨ ਦੀ। 15-15, 20-20 ਪ੍ਰੇਮੀਆਂ ਨੂੰ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ ਬਾਰੇ, ਔਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬੇਨਤੀ, ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਚੌਂਕੜਾ ਮਾਰ ਕੇ। ਆਓ ਬੜੇ ਪਿਆਰ ਵਿੱਚ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 41 ਨੰਬਰ ਅੰਗ ਦੇ ਉੱਤੇ ਦਰਜ ਇਹ ਸ਼ਬਦ ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ। ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਗੁਰੂ ਰਾਮਦਾਸ ਕੋਲੋਂ ਬਖਸ਼ਿਸ਼ਾਂ ਲੁੱਟਣ ਦਾ ਢੰਗ ਜੁਗਤ ਸਿੱਖ ਕੇ ਜਾਣੇ। ਔਰ ਇੱਕ ਚੀਜ਼ ਦਾ ਧਿਆਨ ਰੱਖਿਓ, ਨੀਂਦ ਨਾ ਆਵੇ, ਬਿਲਕੁਲ ਸਾਵਧਾਨਤਾ ਦੇ ਨਾਲ ਬਹਿਣਾ, ਕਿਉਂਕਿ ਇਹ ਨਾ ਹੋਵੇ ਮਹਾਰਾਜ ਦਾਤਾਂ ਦੇਣ ਵਾਸਤੇ ਸਾਡੇ ਵੱਲ ਤੱਕਣ ਅਤੇ ਸਾਡੀ ਅੱਖ ਲੱਗੀ ਹੋਵੇ। ਪੂਰੀ ਸਾਵਧਾਨਤਾ ਦੇ ਨਾਲ ਸਾਰੀ ਸੰਗਤ ਕਿਰਪਾ ਕਰਿਓ ਜੀ। ਹੋਏ ਨਿਮਾਣੀ ਬਾਬਾ ਜੀ।
ਪ੍ਰਭ ਦੱਸੇ ਤਿੰਨ ਜੋ ਦੱਸੇ ਤਿੰਨ ਜੋ ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਪੀਛੇ ਲਾਗ ਫਿਰਾ ਕਰ ਮਿੰਨਤ ਕਰ ਜੋਦੜੀ ਪ੍ਰਭ ਦੀਆਂ ਦਿਖਾ
ਸਤਿਗੁਰ ਮਿਟੋ ਮਾਰਿਆ ਜਿਨ ਹਰ ਪ੍ਰਭ ਦੀਆ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਸਿੰਘ ਜੀ। ਸਤਿਗੁਰ ਪਿੱਛੇ ਪਾਏ
ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ
ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਇ, ਹੋਏ ਨਿਮਾਣੀ ਟੈ ਮਾਣੀ ਟੈ ਪਵਾ, ਹੋਏ ਨ ਮਾਣੀ ਟੈ ਪਵਾ। ਕਿਸ ਦੀ ਚੋਰ ਅਹੰਕਾਰ ਬੋਲਣ ਕਾ, ਕਿਸ ਦੀ ਚੋਰ ਦੀਪਾਨ ਮਾਇਆ, ਮੇਰਾ ਕੌਣ ਮੈਂ ਘਰ ਬਿਨ ਟੇਕ ਤਾਰ ਅਮਰ ਨਾ ਕਾਈ, ਤੂੰ ਕਰਦੇ ਰਾਖ ਮੈਨੇ ਮਾਣੀ ਹੈ, ਹਾਏ ਨਿਮਾਣੀ ਟੈ ਪਵਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਵਾਹਿਗੁਰੂ ਤੁਹਾਡੀ ਆਵਾਜ਼ ਵਾਹਿਗੁਰੂ ਜਿਹਦੇ ਨਾਲ ਮੇਰੀ ਮੈਂ ਮਰ ਜੇ, ਮੇਰਾ ਅਹੰਕਾਰ ਮਰ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਮੈਂ ਜੀਵਨ ਦੇ ਵਿੱਚ ਕਿਹੜਾ ਕੰਮ ਕਰਾਂ ਕਿ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਦਾ ਮੈਂ ਵੀ ਪਾਤਰ ਬਣ ਜਾ। ਮੈਂ ਜੀਵਨ ਦੇ ਵਿੱਚ ਕਿਹੜਾ ਕੰਮ ਕਰਾਂ ਗੁਰੂ ਪਿਤਾ ਜੀ ਦੀ ਖੁਸ਼ੀ ਮੇਰੀ ਝੋਲੀ 'ਚ ਪੈ ਜਾਏ। ਤੇ ਸਤਿਗੁਰੂ ਗੁਰੂ ਰਾਮਦਾਸ ਇਹ ਸ਼ਬਦ ਵਿੱਚ ਦੱਸ ਰਹੇ, ਕਹਿੰਦੇ ਜੇ ਬਖਸ਼ਿਸ਼ਾਂ ਲੈਣੀਆਂ ਹੀ ਨਿਮਾਣਾ ਬਣ ਕੇ ਢਹਿ ਪਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਨਿਮਾਣਾ ਬਣ ਕੇ ਢਹਿ ਪੈ, ਢਹਿ ਪੈ। ਜਦੋਂ ਨਿਮਾਣਾ ਬਣ ਕੇ ਢਹੇਗਾ ਨਾ, ਜਿਉਂ ਜਿਉਂ ਢਹੀ ਜਾਏਗਾ ਤਿਉਂ ਤਿਉਂ ਗੁਰੂ ਦੀਆਂ ਬਖਸ਼ਿਸ਼ਾਂ ਤੇਰੀ ਝੋਲੀ ਵਿੱਚ ਖੁੱਲਦੀਆਂ ਜਾਣਗੀਆਂ। ਗੁਰੂ ਦੀਆਂ ਬਖਸ਼ਿਸ਼ਾਂ ਦਾ ਤੂੰ ਪੱਤਰ ਬਣਦਾ ਜਾਏਗਾ। ਤੇ ਜੇ ਅਹੰਕਾਰ ਦੇ ਵਿੱਚ ਖੜਾ ਰਿਹਾ ਫਿਰ ਗੱਲ ਨਹੀਂ ਬਣਨੀ। ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੇ ਚੁਬੈ ਦੁੱਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ। ਹੁਣ ਤੁਸੀਂ ਸਿਆਣੇ ਹੋ, ਇਸ ਪੰਕਤੀ ਵਿੱਚ ਮਹਾਰਾਜ ਨੇ ਕੰਡਾ ਲਫ਼ਜ਼ ਵਰਤਿਆ, ਅਹੰਕਾਰ ਦਾ ਕੰਡਾ।
ਹੁਣ ਕਿਸੇ ਦੇ ਪੈਰ 'ਚ ਕੰਡਾ ਚੁੱਭ ਜੇ ਉਹ ਕੱਢਿਆ ਨਾ ਜਾਵੇ ਕੰਡਾ, ਅੰਦਰ ਹੀ ਅੰਦਰ ਧੱਸਣ ਲੱਗ ਪੈਂਦਾ ਉਹ ਕੰਡਾ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਿਉਂ ਜਿਉਂ ਅੰਦਰ ਧੱਸਦਾ ਪੀੜਾ ਵੀ ਹੁੰਦੀ ਹੈ ਤੇ ਅੰਦਰ ਜ਼ਹਿਰ ਵੀ ਫੈਲਣ ਲੱਗ ਪੈਂਦਾ। ਹੁਣ ਬੰਦੇ ਨੂੰ ਚੁੱਭਿਆ ਕੰਡਾ, ਗਿਆ ਡਾਕਟਰ ਦੇ ਕੋਲ, ਜੀ ਤਕਲੀਫ ਬੜੀ ਆ, ਵੇਖੋ ਜ਼ਹਿਰ ਫੈਲ ਰਹੀ ਹੈ। ਤੇ ਡਾਕਟਰ ਸਭ ਤੋਂ ਪਹਿਲਾਂ ਕੰਮ ਪਤਾ ਕੀ ਕਰਦਾ, ਉਹਦੇ ਪੈਰ ਦੇ ਕੰਡੇ ਨੂੰ ਕੱਢਦਾ। ਕੰਡੇ ਨੂੰ ਕੱਢਣ ਤੋਂ ਬਾਅਦ ਫਿਰ ਇਲਾਜ ਕਰਦਾ, ਮਲਮ ਲਾਉਂਦਾ, ਪੱਟੀ ਲਾਉਂਦਾ, ਦਵਾਈ ਦਿੰਦਾ, ਕਹਿੰਦਾ ਹੁਣ ਕੰਡਾ ਨਿਕਲ ਗਿਆ, ਹੁਣ ਜ਼ਹਿਰ ਫੈਲਣ ਦਾ ਖਤਰਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਜਿਵੇਂ ਦੁਨਿਆਵੀ ਕੰਡਾ ਪੈਰ ਵਿੱਚ ਚੁੱਭ ਜਾਵੇ ਅੰਦਰ ਜ਼ਹਿਰ ਫੈਲਦੀ ਏ, ਤੇ ਸੱਚਾਈ ਏ ਜਿਨ੍ਹਾਂ ਨੂੰ ਹਉਮੈ ਦਾ ਕੰਡਾ ਚੁੱਭ ਜਾਵੇ ਨਾ, ਉਹਨਾਂ ਦੇ ਅੰਦਰ ਵੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦੁਵੈਸ਼ ਨਿੰਦਿਆ ਚੁਗਲੀ ਇਹ ਸਭ ਚੀਜ਼ਾਂ ਦੀ ਜ਼ਹਿਰ ਫੈਲਣ ਲੱਗ ਪੈਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਹ ਹਉਮੈ ਦਾ ਸਦਕਾ ਹੁੰਦਾ ਕਿ ਇਹ ਹਉਮੈ ਦੇ ਕੰਡੇ ਦਾ ਸਦਕਾ ਤੇਰਾ ਕੀਤਾ ਧਰਮ ਕਰਮ ਵੀ ਜਿਹੜਾ ਹੈ ਨਾ ਉਹ ਵੀ ਪਾਪ ਬਣ ਜਾਂਦਾ। ਪਾਪ ਕੀਤੇ ਪਾਠ, ਪਰ ਉਹ ਪਾਠ ਪੁੰਨ ਨਹੀਂ ਬਣੇ, ਪਾਪ ਬਣ ਗਏ। ਪੜੀ ਬਾਣੀ, ਕੀਤੀ ਸੇਵਾ, ਪਰ ਉਹ ਸਭ ਕੁਝ ਕੀਤਾ ਤੇਰਾ ਪਾਪ ਬਣ ਗਿਆ। ਪਾਪ ਪੁੰਨ ਦੋਏ ਏਕ ਸਮਾਨ। ਜਦੋਂ ਅਹੰਕਾਰ ਕੀਤਾ, ਹੰਕਾਰ ਦਾ ਕੰਡਾ ਚੁੱਭਿਆ, ਫਿਰ ਸਭ ਕੁਝ ਕੀਤਾ ਤੇਰਾ ਨਸ਼ਟ ਹੋਣ ਲੱਗ ਪੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਬੰਦਾ ਉੱਤੋਂ ਉੱਤੋਂ ਬਣ ਠਣ ਕੇ ਰਹਿੰਦਾ, ਬੜਾ ਨਿਮਾਣਾਪਨ ਰੱਖਣ ਦਾ ਯਤਨ ਕਰਦਾ ਜੀ, ਮੈਂ ਤੇ ਬੜਾ ਨਿਮਾਣਾ, ਮੇਰੇ ਵਰਗਾ ਨਿਮਰਤਾਵਾਨ ਕੋਈ ਨਹੀਂ, ਪਰ ਅੰਦਰ ਹਉਮੈ ਦੀ ਅੱਗ ਧੁਖਦੀ ਹੁੰਦੀ ਹੈ। ਅੱਜ ਕੱਲ੍ਹ ਤੇ ਗੈਸ ਹੈ ਘਰ ਦੇ ਵਿੱਚ, ਸਿਲੰਡਰ ਨੇ, ਕੁਕਿੰਗ ਗੈਸ ਹੈ। ਪਹਿਲੇ ਸਮਿਆਂ ਦੇ ਵਿੱਚ ਚੁੱਲ੍ਹਿਆਂ ਦੇ ਉੱਤੇ ਖਾਣਾ ਪਕਾਇਆ ਜਾਂਦਾ ਸੀ, ਦੂਰੋਂ ਹੀ ਪਤਾ ਲੱਗ ਜਾਂਦਾ ਸੀ। ਜਦੋਂ ਧੂੰਆਂ ਉੱਠਦਾ ਸੀ ਨਾ, ਦੂਰੋਂ ਪਤਾ ਲੱਗ ਜਾਂਦਾ ਸੀ ਇਸ ਘਰ ਵਿੱਚ ਅੱਗ ਲੱਗੀ ਹੈ, ਕੁਝ ਬਣ ਰਿਹਾ, ਚੁੱਲ੍ਹਾ ਤਪ ਰਿਹਾ ਜੀ। ਚੁੱਲ੍ਹਾ ਤਪਦਾ ਸੀ, ਦੂਰੋਂ ਪਤਾ ਲੱਗ ਜਾਂਦਾ ਸੀ। ਪਰ ਅੱਜ ਭਾਵੇਂ ਕੁਕਿੰਗ ਗੈਸ ਹੈ, ਪਰ ਪਿਆਰੇ ਉਹ ਅੱਗ ਤੇ ਤਪੀ ਰਹੀ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਭਾਵੇਂ ਅੱਜ ਅਸੀਂ ਬੜੇ ਪਹਿਰਾਵੇ ਪਹਿਣ ਲਏ ਨੇ, ਸਾਡੇ ਵਰਗਾ ਨਿਮਾਣਾ ਕੋਈ ਨਹੀਂ, ਸਾਡੇ ਵਰਗਾ ਨਿਤਾਣਾ ਕੋਈ ਨਹੀਂ, ਸਾਡੇ ਵਰਗਾ ਨਿਮਰਤਾਵਾਨ ਕੋਈ ਨਹੀਂ, ਪਰ ਅੱਗ ਤੇ ਅੰਦਰ ਲੱਗੀ ਹੋਈ ਹੈ, ਲੱਗੀ ਹੋਈ ਹੈ ਜੀ। ਉਹ ਜ਼ਹਿਰ ਤੇ ਹਉਮੈ ਦੀ ਅੰਦਰ ਫੈਲੀ ਹੋਈ ਹੈ, ਫੈਲੀ ਹੈ ਉਹ ਜ਼ਹਿਰ, ਇੰਨੀ ਫੈਲੀ ਹੈ ਦੂਜਾ ਅੱਗੇ ਨਾ ਵੱਧ ਜੇ, ਇੰਨੀ ਜ਼ਹਿਰ ਫੈਲੀ ਹੈ। ਬਸ ਮੇਰਾ ਨਾਮ ਬਣਨਾ ਚਾਹੀਦਾ, ਇੰਨੀ ਜ਼ਹਿਰ ਫੈਲੀ ਹੈ, ਇੰਨੀ ਜ਼ਹਿਰ ਫੈਲੀ ਕਿ ਪਿਆਰੇ ਉਹ ਇੱਕ ਦੂਜੇ ਨੂੰ ਵੇਖ ਕੇ ਅਸੀਂ ਅੱਜ ਰਾਜੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੰਨੀ ਜ਼ਹਿਰ ਫੈਲ ਗਈ, ਅਸੀਂ ਆਪਣੇ ਦੁੱਖ ਤੋਂ ਇੰਨੇ ਦੁਖੀ ਨਹੀਂ ਜਿੰਨਾ ਦੂਜਿਆਂ ਨੂੰ ਸੁਖੀ ਵੇਖ ਕੇ ਦੁਖੀ ਹੈ। ਤੇ ਅੱਜ ਗੁਰੂ ਰਾਮਦਾਸ ਕਹਿੰਦੇ ਆ ਪਿਆਰਿਆ, ਆ ਤੇਰੀ ਮੈਂ ਜ਼ਹਿਰ ਕੱਢਾਂ, ਤੇਰਾ ਹਉਮੈ ਦਾ ਕੰਡਾ ਮੈਂ ਦੂਰ ਕਰਾਂ। ਹੁਣ ਤੁਸੀਂ ਸਿਆਣੇ ਹੋ, ਜਦੋਂ ਹਉਮੈ ਦਾ ਕੰਡਾ ਚੁੱਭਿਆ ਬੰਦੇ ਨੂੰ, ਜੇ ਦੁਨਿਆਵੀ ਕੰਡਾ ਚੁੱਭਿਆ ਡਾਕਟਰ ਕੋਲ ਜਾਂਦਾ, ਹਸਪਤਾਲ ਜਾਂਦਾ, ਤੇ ਜਦੋਂ ਹਉਮੈ ਦਾ ਕੰਡਾ ਚੁੱਭਿਆ ਨਾ, ਤੇ ਉਦੋਂ
ਆ ਸਾਧ ਸੰਗਤ ਰੂਪੀ ਆ ਸਤ ਸੰਗਤ ਰੂਪੀ ਹਸਪਤਾਲ ਚ ਆ ਜਾਇਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਜਦੋਂ ਸੰਗਤ ਰੂਪੀ ਹਸਪਤਾਲ ਵਿੱਚ ਆਉਂਦੇ ਆ ਨਾ ਤੇ ਪਿਆਰਿਓ ਇਹ ਜਿਹੜਾ ਡਾਕਟਰ ਹੈ ਨਾ ਗੁਰੂ ਰਾਮਦਾਸ ਵੱਡਾ ਡਾਕਟਰ ਰੱਬੀ ਬਾਣੀ ਦੇ ਗਿਆਨ ਦੇ ਨਾਲ ਸਾਡਾ ਓਪਰੇਸ਼ਨ ਕਰਨਾ ਸ਼ੁਰੂ ਕਰ ਦਿੰਦਾ ਹੈ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਰੱਬੀ ਬਾਣੀ ਦੇ ਗਿਆਨ ਦੇ ਨਾਲ ਓਪਰੇਸ਼ਨ ਕਰਦਾ ਹੈ ਤੇ ਜਦੋਂ ਇਹ ਗਿਆਨ ਲੈ ਕੇ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਲੱਗ ਪੈਂਦੇ ਹਾਂ ਤੇ ਫਿਰ ਇਹ ਜਿਹੜਾ ਹਉਮੈ ਦਾ ਕੰਡਾ ਨਾ ਨਿਕਲਣ ਲੱਗ ਪੈਂਦਾ। ਹਉਮੈ ਦਾ ਕੰਡਾ ਨਿਕਲਿਆ ਉਹ ਗੰਦਾ ਖੂਨ ਵੀ ਨਿਕਲ ਗਿਆ। ਉਹ ਗੰਦਾ ਖੂਨ ਨਿਕਲ ਗਿਆ ਅੰਦਰੋਂ ਕਿਹੜਾ ਖੂਨ ਨਿਕਲਿਆ? ਅਹੰਕਾਰ ਦਾ। ਕਿਹੜਾ ਖੂਨ ਨਿਕਲਿਆ? ਲਾਲਚ ਦਾ। ਕਿਹੜਾ ਖੂਨ ਅੰਦਰੋਂ ਨਿਕਲ ਗਿਆ? ਵੈਰ ਵਿਰੋਧ ਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਕਹਿੰਦੇ ਆ ਪਿਆਰਿਆ ਤੇਰੇ ਮੈਂ ਇਸ ਕੰਡੇ ਨੂੰ ਕੱਢਣ ਦਾ ਇਲਾਜ ਦੱਸਦਾ, ਤੂੰ ਗੁਰੂ ਅੱਗੇ ਆ ਕੇ ਢਹਿ ਪਾਓ। ਜੇ ਖੁਸ਼ੀਆਂ ਲੈਣੀਆਂ ਨਾ ਢਹਿ ਪਾਓ ਅੰਦਰੋਂ, ਅੰਦਰੋਂ ਢਹੀ ਦਿਖਾਵੇ ਮਾਤਰ ਨਹੀਂ, ਅੰਦਰੋਂ ਜਦੋਂ ਟੱਠੇਗਾ ਫਿਰ ਮਾਲਕ ਪਿਤਾ ਦੀਆਂ ਬਖਸ਼ਿਸ਼ਾਂ ਤੇਰੀ ਝੋਲੀ ਚ ਪੈਣਗੀਆਂ ਹੀ ਪੈਣਗੀਆਂ। ਇੱਕ ਗੱਲ ਸੁਣ ਲਓ ਫਿਰ ਆਪਾਂ ਸਮਾਪਤੀ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਨਦੀ ਵਗ ਰਹੀ ਸੀ ਨਾ, ਇੱਕ ਬੰਦਾ ਜਾ ਰਿਹਾ ਨਦੀ ਦੇ ਕੋਲ, ਗਰਮੀ ਬੜੀ, ਪਿਆਸ ਲੱਗੀ ਅੱਤ ਦੀ, ਤੇ ਨਦੀ ਦੇ ਕੋਲ ਖਲੋਤਾ ਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਪਿਆ, ਹੇ ਨਦੀ ਮੈਨੂੰ ਪਾਣੀ ਪਿਆ, ਹੇ ਨਦੀ ਮੈਨੂੰ ਪਾਣੀ ਪਿਆ। ਹੁਣ ਨਦੀ ਪਾਣੀ ਪਿਆਵੇ ਕਿੱਥੋਂ? ਵਾਜਾਂ ਮਾਰਦਾ ਹੇ ਨਦੀ ਮੈਨੂੰ ਪਾਣੀ ਪਿਆ, ਹੇ ਨਦੀ ਮੈਨੂੰ ਪਾਣੀ ਪਿਆ। ਕੋਲੋਂ ਹੀ ਇੱਕ ਗੁਰਮੁਖ ਰੂਹ ਲੰਘਦੀ ਸੀ, ਉਹ ਕਹਿੰਦੇ ਪਿਆਰਿਆ ਕੀ ਹੋਇਆ ਤੈਨੂੰ, ਵਾਜਾਂ ਮਾਰਦਾ ਪਾਣੀ? ਕਹਿੰਦੇ ਮੈਨੂੰ ਪਿਆਸ ਬੜੀ ਲੱਗੀ ਹੈ, ਪਿਆਸ ਲੱਗੀ ਤਾਂ ਮੈਂ ਵਾਜਾਂ ਮਾਰਦਾ ਨਦੀ ਦੇ ਅੱਗੇ ਖਲੋ ਕੇ, ਮੈਨੂੰ ਪਾਣੀ ਪਿਆ। ਤੇ ਉਹ ਪਿਆਰਾ ਪਤਾ ਕੀ ਕਹਿੰਦਾ? ਕਹਿੰਦਾ ਭੋਲਿਆ ਪਿਆਸ ਲੱਗੀ ਹੈ ਨਾ, ਨਦੀ ਦੇ ਕੋਲ ਖਲੋ ਕੇ ਵਾਜਾਂ ਮਾਰਨ ਨਾਲ ਪਾਣੀ ਨਹੀਂ ਮਿਲਣਾ। ਕਹਿੰਦਾ ਫਿਰ ਮੇਰੀ ਪਿਆਸ ਬੁਝੇਗੀ ਕਿਵੇਂ? ਕਹਿੰਦਾ ਸਭ ਤੋਂ ਪਹਿਲਾਂ ਕੰਮ ਕਰ, ਨਦੀ ਦੇ ਅੱਗੇ ਜਾ ਕੇ ਝੁੱਕ ਜਾ। ਆਖੋ ਧੰਨ ਗੁਰੂ ਰਾਮਦਾਸ ਜੀ। ਨਦੀ ਦੇ ਅੱਗੇ ਜਾ ਕੇ ਝੁੱਕ ਜਾ ਤੇ ਫਿਰ ਉਦਮ ਕਰ, ਬੁੱਕ ਬਣਾ, ਪਾਣੀ ਭਰ ਪੀ ਲੈ। ਉਦਮ ਕਰਨਾ ਪੈਣਾ, ਪਹਿਲੇ ਝੁਕਣਾ ਪੈਣਾ, ਬੁੱਕ ਬਣਾਉਣੀ ਪੈਣੀ, ਫਿਰ ਪਾਣੀ ਪੀ ਤੇ ਪਿਆਸ ਬੁਝਾ। ਸਮਝ ਆ ਗਈ? ਸਮਝ ਕੀ ਗੱਲ ਸਮਝ ਚ ਆਈ? ਜੇ ਆਮ ਨਦੀ ਤੋਂ ਵੀ ਪਾਣੀ ਪੀਣਾ ਤੇ ਪਿਆਰੇ ਝੁਕਣਾ ਪੈਂਦਾ ਹੈ, ਤੇ ਜੇ ਗੁਰੂ ਕੋਲੋਂ ਵੀ ਬਖਸ਼ਿਸ਼ਾਂ ਲੈਣੀਆਂ ਹੀ ਨਾ ਇੱਥੇ ਆ ਕੇ ਵੀ ਤੈਨੂੰ ਝੁਕਣਾ ਪੈਣਾ ਹੈ। ਝੁਕਣਾ ਫਰਕ ਇੰਨਾ, ਉੱਥੇ ਤਨ ਝੁਕਾਉਣਾ, ਇੱਥੇ ਤਨ ਦੇ ਨਾਲ ਨਾਲ ਆਪਣਾ ਮਨ ਵੀ ਝੁਕਾ ਦੇ। ਨਿਮਾਣਾ ਬਣ ਕੇ ਢਹਿ ਪਾਓ, ਢਹਿ ਪਾਓ। ਜਦੋਂ ਨਿਮਾਣਾ ਬਣ ਕੇ ਢਹੇਗਾ ਨਾ ਫਿਰ ਜਿਹੜੇ ਤੇਰੇ ਇੰਪੋਸੀਬਲ ਕੰਮ ਨੇ ਨਾ, ਇੰਪੋਸੀਬਲ ਜਿਹੜੇ ਤੂੰ ਸੋਚਦਾ ਹੋ ਹੀ ਨਹੀਂ ਸਕਦੇ, ਇਹ ਤੇ ਹੋ ਹੀ ਨਹੀਂ ਸਕਦਾ, ਉਹ ਨਿਮਾਣਾ ਬਣ ਕੇ ਜਦੋਂ ਢਹੇਗਾ ਗੁਰੂ ਪਿਤਾ ਜੀ ਬਖਸ਼ਿਸ਼ਾਂ ਦੇ ਇਹੋ ਜਿਹੇ ਖਾਤੇ ਖੋਲਣਗੇ, ਤੇਰੇ ਇੰਪੋਸੀਬਲ ਕੰਮਾਂ ਨੂੰ ਵੀ ਪੋਸੀਬਲ ਬਣਾ ਦੇਣਗੇ। ਬੜੇ ਪਿਆਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲਾਂ ਦੇ ਰਾਹੀਂ ਗੁਰੂ ਅੱਗੇ ਢਹਿਣ ਦੀ ਜਾਚ ਸਿੱਖ ਲਈ ਹੈ। ਪੜ੍ਹੋ ਫਿਰ ਆਪਾਂ ਸਮਾਪਤੀ ਕਰਨੀ। ਸਾਰੀ ਸੰਗਤ ਕਿਰਪਾ ਕਰਿਓ, ਔਰ ਮੈਂ ਗੁਰੂ ਪਿਤਾ ਜੀ ਦੀ ਗੋਦੀ 'ਚ ਬੈਠਾ, ਸਾਡੇ ਬੈਠੇ ਜਸਪਾਲ ਭੈਣ ਜੀ,
ਭੈਣ ਜੀ ਇੱਕ ਮਿੰਟ ਖਲੋ ਕੇ ਹਾਜ਼ਰੀ ਲਾ ਲਾ। ਇਹਨਾਂ ਨੇ ਇਹਨਾਂ ਦੀ ਬੱਚੀ ਹੈ, ਉਧਰ ਫਤਿਹ ਬੁਲਾ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਬੇਟੀ ਹੈ, ਵੀਜ਼ਾ ਨਹੀਂ ਸੀ ਲੱਗਦਾ, ਇਹਨਾਂ ਨੇ ਅਪਲਾਈ ਕੀਤਾ ਤੇ ਬਾਪੂ ਦੀਪ ਸਿੰਘ ਨੇ ਕਿਰਪਾ ਕੀਤੀ, ਆਸਟ੍ਰੇਲੀਆ ਦਾ ਵੀ ਲੱਗ ਗਿਆ ਤੇ ਨਿਊਜ਼ੀਲੈਂਡ ਦਾ ਵੀ ਲੱਗ ਗਿਆ। ਇੱਕ ਮੰਗਦੇ ਸੀ ਬਾਪੂ ਦੀਪ ਸਿੰਘ ਨੇ, ਸਦਕੇ ਚੁਪਹਿਰਿਆਂ ਦੇ, ਸਦਕੇ ਅੰਮ੍ਰਿਤ ਵੇੜਿਆਂ ਦੇ, ਸਦਕੇ ਰਹਿਣ ਸਬਾਈਆਂ ਦੇ, ਆ ਜਿਹੜਾ ਆ ਕੇ ਇੱਥੇ ਹਾਜ਼ਰੀਆਂ ਭਰਦੇ ਉਹਨਾਂ ਸਦਕੇ ਆਹ ਚੀਜ਼ਾਂ ਦੇ, ਸੰਗਤ ਦਾ ਸਦਕਾ ਬਾਪੂ ਜੀ ਨੇ ਦੋ ਥਾਵਾਂ ਦੇ ਵੀਜ਼ੇ ਲਵਾ ਦਿੱਤੇ ਤੇ ਬੱਚੀ ਹੁਣ ਚਲੀ ਵੀ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤਿੰਨ ਚਾਰ ਦਿਨ ਪਹਿਲੇ ਚਲੀ ਵੀ ਗਈ ਹੈ ਮਹਾਰਾਜ ਦੀ ਮਿਹਰ ਨਾਲ। ਤੇ ਇਹ ਕੌਟਕ ਪ੍ਰਤੱਖ ਵਰਤਦੇ ਨੇ, ਪ੍ਰਤੱਖ ਪ੍ਰਤੱਖ, ਔਰ ਪ੍ਰਤੱਖ ਨੂੰ ਬਹੁਤੇ ਪ੍ਰਮਾਣਾਂ ਦੀ ਲੋੜ ਨਹੀਂ ਹੁੰਦੀ। ਤੁਸੀਂ ਜਦੋਂ ਪਿਆਰ ਭਾਵਨਾ ਵਿੱਚ ਜੁੜਦੇ ਹੋ ਗੁਰੂ ਰਾਮਦਾਸ ਕੋਲੋਂ, ਭਾਵੇਂ ਦੁਨਿਆਵੀ ਦਾਤਾਂ ਮੰਗ ਲਓ ਵੀ ਮਿਲ ਜਾਣੀ ਹੈ, ਤੇ ਭਾਵੇਂ ਗੁਰੂ ਰਾਮਦਾਸ ਨੂੰ ਮੰਗ ਲਓ ਵੀ ਮਿਲ ਜਾਣੇ ਨੇ, ਗੁਰੂ ਮਿਹਰ ਕਰੇ। ਆਓ ਢੈਣ ਦੀ ਜਾਤ ਸਿਖਾ ਰਹੇ ਗੁਰੂ ਰਾਮਦਾਸ, ਬੜੇ ਪਿਆਰ ਚ ਹਾਜ਼ਰੀ ਲਾਓ, ਫਿਰ ਸਮਾਪਤੀ ਹੈ ਜੀ। ਹੋਏ ਨਿਮਾਣੀ ਸੇਵਾਵਾਂ ਦੇ ਕੁੰਭ ਬਾਰੇ ਸਭ ਨੂੰ ਪਤਾ ਹੈ। ਤਿੰਨ ਤੋਂ ਚਾਰ ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਤੇ ਜਿਹੜੇ ਪ੍ਰੋਗਰਾਮ ਵੇਖਦੇ ਹੋ ਸਭ ਨੂੰ ਪਤਾ ਹੈ। ਮੈਂ ਕੇਵਲ ਇਸ਼ਾਰਾ ਜਿਹਾ ਦੇਣਾ, ਦੋ ਵੱਡੀਆਂ ਸੇਵਾਵਾਂ ਸਾਨੂੰ ਇੱਥੇ ਲੋੜ ਹੈ, ਜੋ ਇੱਕ ਐਂਬੂਲੈਂਸ ਚਾਹੀਦੀ ਹੈ, ਇੱਕ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਲਈ ਉਹ ਗੱਡੀ ਚਾਹੀਦੀ। ਤਕਰੀਬਨ 21-22 ਲੱਖ ਦਾ ਦੋਵੇਂ ਗੱਡੀਆਂ ਦਾ ਖਰਚਾ। ਤੇ ਜਿਵੇਂ ਜਿਵੇਂ ਕਿਣਕਾ ਕਿਣਕਾ ਤੁਹਾਡੇ ਅੰਦਰੋਂ ਆਵਾਜ਼ ਆਵੇ, ਆਪ ਜੀ ਹਾਜ਼ਰੀਆਂ ਭਰ ਸਕਦੇ ਹੋ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਕਿਊਆਰ ਕੋਡ ਵੀ ਚੱਲਦਾ ਟੀਵੀ ਸਕਰੀਨ ਦੇ ਉੱਤੇ, ਉਸੇ ਵੇਲੇ ਤੁਸੀਂ ਸਕੈਨ ਕਰਕੇ ਸੇਵਾ ਵੀ ਭੇਜ ਸਕਦੇ ਹੋ, ਅਕਾਊਂਟ ਡਿਟੇਲਾਂ ਵੀ ਚੱਲਦੀਆਂ। ਗੁਰੂ ਮਿਹਰ ਕਰੇ, ਆਓ ਬੜੇ ਪਿਆਰ ਚ ਕਰੋ ਜੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਕੇ ਸਕਿਪ ਨਾ ਕਰਿਓ ਜੀ, ਬੜਾ ਜ਼ਰੂਰੀ ਸੁਣਿਆ, ਇਹਨੂੰ ਸੁਣਿਓ ਵੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਕਾਫੀ ਸਾਲਾਂ ਤੋਂ ਚੱਲ ਰਿਹਾ, ਇਸ ਟਰੱਸਟ ਦੇ ਅਧੀਨ ਤੁਸੀਂ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਦੀ ਸੇਵਾ ਚੱਲ ਰਹੀ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਬਣ ਰਿਹਾ। ਇਸੇ ਜਗ੍ਹਾ ਦੇ ਉੱਤੇ ਵੱਡਾ ਗੁਰਦੁਆਰਾ ਸਾਹਿਬ ਬਣ ਰਿਹਾ, ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣ ਰਿਹਾ। ਵੱਡਾ ਦੀਵਾਨ ਹਾਲ ਬਣ ਰਿਹਾ, ਜਿਹਦੇ ਵਿੱਚ ਘੱਟ ਤੋਂ ਘੱਟ 8 ਤੋਂ 10 ਹਜ਼ਾਰ ਸੰਗਤ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ
ਵਡਿਆਈਆਂ ਕਰ ਸਕੇ। ਨਾਲ ਹੀ ਇੱਥੇ ਵੱਡੀ ਸਰਾਂ ਬਣ ਰਹੀ ਹੈ ਪਿਆਰਿਓ ਕਿ ਜਦੋਂ ਵੀ ਸੰਗਤਾਂ ਅੰਮ੍ਰਿਤਸਰ ਸਾਹਿਬ ਆਉਣ ਉਹਨਾਂ ਦੀ ਰਿਹਾਇਸ਼ ਦਾ ਸੋਹਣਾ ਪ੍ਰਬੰਧ ਹੋਵੇ ਔਰ ਇੱਥੋਂ ਹੀ ਗੱਡੀਆਂ ਦਾ ਪ੍ਰਬੰਧ ਹੋ ਜੇ ਜਿਹੜੀਆਂ ਗੱਡੀਆਂ ਦਰਬਾਰ ਸਾਹਿਬ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਲੈ ਵੀ ਜਾਇਆ ਕਰਨ, ਵਾਪਸੀ ਇੱਥੇ ਲੈ ਵੀ ਆਇਆ ਕਰਨ। ਤੋ ਇਸ ਮੁਹਿੰਮ ਦੇ ਵਿੱਚ ਇਹ ਵੱਡੇ ਸੇਵਾਵਾਂ ਦੇ ਕੁੰਭ ਦੇ ਵਿੱਚ, ਭੂਮੀ ਦਾਨ ਦੇ ਵਿੱਚ, ਸਰਾਂ ਦੇ ਕਾਰਜ ਦੇ ਵਿੱਚ, ਪੰਛੀਆਂ ਦੀ ਸੇਵਾ ਦੇ ਵਿੱਚ ਤੁਸੀਂ ਸਾਰੇ ਆਪਣਾ ਆਪਣਾ ਦਸਵੰਧ ਜ਼ਰੂਰ ਕੱਢਿਓ। ਇਹ ਆਪਣਾ ਦਸਵੰਧ ਤੁਸੀਂ ਜੋ ਅਕਾਊਂਟ ਡਿਟੇਲਸ ਚੱਲ ਰਹੀ ਹੈ ਤੁਹਾਡੇ ਟੀ ਵੀ ਸਕਰੀਨ ਦੇ ਉੱਤੇ, ਆਪਣੀ ਸੇਵਾ ਤੁਸੀਂ ਅਕਾਊਂਟਾਂ 'ਚ ਵੀ ਪਾ ਸਕਦੇ ਹੋ ਔਰ ਆਪਣਾ ਦਸਵੰਧ ਸਾਨੂੰ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ। ਇੱਕੋ ਹੀ ਨੰਬਰ ਹੈ ਟਰੱਸਟ ਦਾ ਜਿਹੜਾ ਤੁਹਾਡੇ ਟੀ ਵੀ ਸਕਰੀਨ 'ਤੇ ਚੱਲ ਰਿਹਾ, 9815098951398501509513। ਇੱਕੋ ਹੀ ਨੰਬਰ ਹੈ ਜਿਹਦੇ ਵਿੱਚ ਤੁਸੀਂ ਪੇਟੀਐਮ, ਗੂਗਲ ਪੇ ਔਰ ਫੋਨਪੇ ਕਰ ਸਕਦੇ। ਕਿਊ ਆਰ ਕੋਡ ਵੀ ਤੁਹਾਡੇ ਸਕਰੀਨ ਦੇ ਉੱਤੇ ਮੈਨਸ਼ਨ ਹੋ ਰਿਹਾ, ਇਸ ਕਿਊ ਆਰ ਕੋਡ ਰਾਹੀਂ ਵੀ ਤੁਸੀਂ ਸੇਵਾ ਕਰ ਸਕਦੇ ਔਰ ਜਦੋਂ ਵੀ ਆਪਣੀ ਸੇਵਾ ਤੁਸੀਂ ਟਰੱਸਟ ਲਈ ਭੇਜੋ ਸਾਨੂੰ ਫੋਨ ਕਰਕੇ ਇਨਫੋਰਮੇਸ਼ਨ ਜ਼ਰੂਰ ਦੇ ਦੇਣਾ ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਸਮੇਂ ਸਿਰ ਭੇਜਿਆ ਜਾ ਸਕੇ। ਇਹ ਸੇਵਾਵਾਂ ਦੇ ਕੁੰਭ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਸਾਥ ਦਿਓ ਤਾਂ ਜੋ ਇਹ ਸੇਵਾਵਾਂ ਨਿਰੰਤਰਤਾਈ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ 'ਚ ਪਾਈਆਂ ਨੇ। ਹੁਣ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਸਾਨੂੰ ਹਸਪਤਾਲ ਲਈ, ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ ਦੋ ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹਦੇ 'ਚ ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਅਲਟਰਾਸਾਊਂਡ, ਐਕਸਰੇ, ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਨੇ ਬਿਲਕੁਲ ਲਾਗਤ ਮੁੱਲ ਦੇ ਨਾਲ, ਇੱਕੋ ਸ਼ਖਸ ਥੱਲੇ। ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ ਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਐਂਬੂਲੈਂਸ ਦਾ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਭਾਵੇਂ ਇੱਕ ਇੱਕ ਕਿਣਕਾਈ, ਜਿਹਦੀ ਸਮਰੱਥਾ 1000 ਰੁਪਈਆ ਹਿੱਸਾ ਪਾਉਣ ਦੀ ਉਹ ਓਨਾ ਪਾਵੇ, 10,000 ਦੀ ਉਹ ਓਨਾ ਹਿੱਸਾ ਪਾਵੇ, 5,000 ਦੀ ਹੈ ਉਹ ਓਨਾ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ 'ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ ਤੇ ਪਿਆਰਿਓ, ਮੈਨੂੰ ਇੱਦਾਂ ਮਹਿਸੂਸ ਹੁੰਦਾ ਹੈ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੀ ਐਂਬੂਲੈਂਸ ਦੀ, ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹੇ ਉਹ ਉਦਾਂ ਕਰ ਲਵੇ, ਮੰਨ ਲਓ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ, ਦੂਸਰਾ ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ, ਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ, ਤੇ ਉਹਨਾਂ ਥਾਵਾਂ 'ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਨਾਲ ਜਿੱਥੇ ਅੱਤ ਦੀ ਲੋੜ ਹੁੰਦੀ, ਕਈ ਕਈ ਦਿਨਾਂ ਤੋਂ
ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਤੇ ਹਫ਼ਤੇ 'ਚ ਦੋ ਵਾਰੀ ਤਿੰਨ ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ ਹੋ। ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ, ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫ਼ੀ ਪੁਰਾਣੀ ਹੋ ਗਈ, ਅਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ। ਅਤੇ ਮੇਰੀ ਬੇਨਤੀ, ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹੇ ਵਾਹ ਭਲਾ, ਅਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ। ਤੁਰੰਤ ਦਾਨ ਮਹਾਪੁੰਨ, ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਹੈ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨਹੀਂ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ, ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਤੁਰੰਤ ਦਾਨ ਮਹਾਂਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ। ਆਲਸੀ, ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚਦਰਾਂ ਸੁੱਖ ਲਈਆਂ ਕਿ ਧਾਰਮਿਕ ਸਥਾਨ ਤੇ ਮੈਂ 100 ਚਦਰ ਚੜ੍ਹਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚਦਰਾਂ ਚੜ੍ਹਾਉਣ ਦੀ ਵਾਰੀ, ਕਹਿੰਦਾ ਇੰਨੀਆਂ ਮਹਿੰਗੀਆਂ ਚਦਰਾਂ, 100 ਚਦਰਾਂ, ਕਹਿੰਦਾ ਚੱਲ 50 ਚੜ੍ਹਾ ਦੇਣੇ। 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ, ਫਿਰ 10 ਤੇ ਆ ਗਿਆ, 10 ਤੋਂ ਫਿਰ 1 ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਮਨ ਬਣੇ ਉਸੇ ਵੇਲੇ ਇਹ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ TV ਸਕਰੀਨ ਤੇ ਚੱਲਦੀ ਹੈ, ਸਕਰੀਨ ਸ਼ੋਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ, ਤੇ ਫੋਨਪੇ, ਗੂਗਲ ਪੇ, ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 98-150-99-513 ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ ਹੈ, ਤੁਹਾਡਾ ਕਿਣਕਾ ਕਿਣਕਾ ਸਮੁੰਦਰ ਬਣ ਜਾਂਦਾ ਹੈ। ਅਤੇ ਕੋਈ ਵੀ ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ, ਇਹ ਮੇਰੀ ਬੇਨਤੀ ਹੈ। ਦੋ ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ, ਅਤੇ ਇਹ ਮੌਕਾ ਸਾਂਭੋ, ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ, ਐਂਬੂਲੈਂਸ ਲਈ ਅਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਜੋ ਤੁਸੀਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਨੂੰ ਦਸਵੰਧ ਦਿੰਦੇ ਹੋ, ਤੁਹਾਡੇ ਦਿੱਤੇ ਦਸਵੰਧ ਦੇ ਨਾਲ ਇੱਥੇ ਦਾਤਾਬੰਦੀ ਸ਼ੋਰ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ ਹੈ, ਔਰ 1000 ਤੋਂ ਵੱਧ ਬੱਚੇ ਇਸ ਸਕੂਲ ਦੇ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰ ਰਹੇ ਨੇ ਬਿਲਕੁਲ ਨੋਰਮਲ ਜੀਆਂ ਫੀਸਾਂ 'ਤੇ। ਹਿੱਕ 'ਤੇ ਹੱਥ ਮਾਰ ਕੇ ਕਹਿੰਦਾ, ਬਾਕੀ ਸਕੂਲਾਂ ਦੇ ਵਿੱਚ CBSE ਸਕੂਲਾਂ 'ਚ ਜਾ ਕੇ ਰੇਟ ਪਤਾ ਕਰਕੇ ਫਿਰ ਇੱਥੇ ਆਇਓ, ਤੁਹਾਨੂੰ ਆਪ ਮਾਣ ਮਹਿਸੂਸ ਹੋਏਗਾ ਕਿ ਸਾਡਾ ਦਿੱਤਾ ਦਸਵੰਧ ਕਿਸ ਲੇਖੇ ਲੱਗ ਰਿਹਾ। ਤੁਹਾਡੀ ਦਿੱਤੀ ਮਾਇਆ ਦੇ ਨਾਲ ਹੀ ਇੱਥੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਹੋਰ ਕੋਈ ਘਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ, ਜਿਨ੍ਹਾਂ ਦੇ ਬਿਲਕੁਲ ਛੋਟੇ ਛੋਟੇ ਬੱਚੇ ਨੇ, ਜਦੋਂ ਉਹਨਾਂ ਦੇ ਮੁੱਖ ਦੇ ਵਿੱਚ ਤੁਹਾਡੀ ਮਾਇਆ ਅੰਨ ਦਾ ਦਾਣਾ ਬਣ ਕੇ ਪਹੁੰਚਦੀ ਹੈ, ਅਸੀਸਾਂ ਤੁਹਾਡੀ ਝੋਲੀ 'ਚ ਪੈਂਦੀਆਂ। ਇਸ ਤੋਂ ਇਲਾਵਾ ਇੱਥੇ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ 3 ਸਾਲ ਦਾ ਕੋਰਸ ਹੈ ਲੜਕਿਆਂ ਦਾ ਗੁਰਮਤਿ ਦਾ, ਕੀਰਤਨ ਵੀ ਸਿੱਖਦੇ ਨੇ, ਤਬਲਾ ਵੀ ਸਿੱਖਦੇ, ਔਰ ਗੁਰਬਾਣੀ ਦੀ ਸੰਥਿਆ ਵੀ ਪ੍ਰਾਪਤ ਕਰਦੇ ਨੇ। ਆਓ ਭਾਗਾਂ ਵਾਲਿਓ, ਆਪਣੇ ਆਪਣੇ ਦਸਵੰਧ ਨੂੰ ਸਫਲਾ ਕਰੀਏ, ਔਰ ਇਸ ਟਰੱਸਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ। ਆਪਣਾ ਦਸਵੰਧ ਤੁਸੀਂ ਜੋ TV ਸਕਰੀਨ ਦੇ ਉੱਤੇ ਤੁਹਾਡੇ ਅਕਾਊਂਟ ਡਿਟੇਲ ਚੱਲ ਰਹੀ ਇਹਨਾਂ 'ਚ ਵੀ ਪਾ ਸਕਦੇ ਹੋ, QR ਕੋਡ ਵੀ ਚੱਲ ਰਿਹਾ ਉਹਨੂੰ ਸਕੈਨ ਕਰਕੇ ਵੀ ਆਪਣੀ ਸੇਵਾ ਭੇਜ ਸਕਦੇ ਹੋ, ਔਰ ਆਪਣੀ ਸੇਵਾ ਤੁਸੀਂ ਸਾਨੂੰ ਫੋਨਪੇ,
ਪੇਟੀਐਮ, ਗੂਗਲ ਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ ਟੀ ਵੀ ਸਕਰੀਨ 'ਤੇ ਆ ਰਿਹਾ। ਔਰ ਸੇਵਾ ਅਕਾਊਂਟਾਂ ਦੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਜੋ ਟੀ ਵੀ ਸਕਰੀਨ 'ਤੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਭੇਜਿਆ ਜਾ ਸਕੇ। ਆਓ ਇਸ ਭਲੇ ਦੀ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥੀ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ। ਹਰ ਐਤਵਾਰ ਅਤੇ ਐਤਵਾਰ ਦਾਤਾਬੰਦੀ ਸ਼ੋਰ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪਾੜ ਜਪਜੀ ਸਾਹਿਬ, ਦੋ ਪਾੜ ਚੁਪਈ ਸਾਹਿਬ, ਇੱਕ ਪਾੜ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ ਚਾਰ ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 1:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ, 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ 1-1 ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।